ਆਪਣਾ ਜੀ ਇਹ ਵੀਡੀਓ ਤੁਸੀਂ ਸਾਰੀ ਵੇਖਿਓ ਜੀ ਅਤੇ ਜੇ ਕੋਈ ਕਮੀ ਆ ਇਹਦੇ ਵਿੱਚ ਤਾਂ ਤੁਸੀਂ ਦੱਸਿਓ ਜੀ ਵੀ ਕੋਈ ਆ ਕਮੀ ਆ ਉਹ ਵੀ ਸਾਨੂੰ ਦੱਸਿਓ ਜੀ ਜ਼ਰੂਰ ਅਤੇ ਤੁਹਾਨੂੰ ਇਹਦੂ ਅੱਗੇ ਟਰੈਕਟਰ ਦੋ ਤਿੰਨ ਹੋਰ ਚੀਜ਼ਾਂ ਮਤਲਬ ਵਿਖਾਵਾਂਗੇ ਪਿੰਡ ਨਾ ਜੀ ਮੋਠਾਂ ਵਾਲਾ ਹੈ ਹਾਂਜੀ ਗੁਰੂ ਸਾਹਿਬ ਕੋਲੇ ਅਤੇ ਮੇਰੇ ਨਾਨਕੇ ਇਹ ਘਰੇ ਇਹਨਾਂ ਕੋਲ ਟਰੈਕਟਰ ਆ ਕਾਫੀ ਪੁਰਾਣੇ ਤਿੰਨ ਚਾਰ ਖੜ੍ਹੇ ਹੈ ਇਹ ਇਹ ਪੁੱਛਣਾ ਬਾਈ ਨੂੰ ਵੀ ਇਹ ਟਰੈਕਟਰ ਕਿਹੜਾ ਹੈ ਇਹਦੇ ਕੀ ਸਿਲੰਡਰ ਆ ਜਾਂ ਇਹ ਕਿੰਨੇ ਆ ਕੀ ਸਾਰਾ ਜਾਣਕਾਰੀ ਲੈਂਦੇ ਹਾਂ ਇਹਤੋਂ ਅਤੇ ਹਾਂ ਬਾਈ ਇਹ ਆਪਣਾ ਕਿਹੜਾ ਟਰੈਕਟਰ ਆ ਬਾਈ ਇਹ ਬਾਈ ਲਾਸ ਆ ਜੀ ਮੇਡ ਇਨ ਰਸ਼ੀਅਨ ਅੱਛਾ ਹਾਂਜੀ ਹਾਂ ਠੀਕ ਆ ਅਤੇ ਤੁਸੀਂ ਨਵਾਂ ਲਿਆ ਸੀ ਕਿ ਕਦੋਂ ਆਪਣੇ ਕੋਲ ਪਹਿਲਾਂ ਸੀਗਾ ਜੀ ਉਹ ਸੀ 1971 ਮਾਡਲ ਉਹ ਆਪਾਂ ਨਵਾਂ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਸੇਲ ਕਰਕੇ ਇਹ ਉਹ 40 ਸਾਲ ਉਹ ਚਲਾ ਕੇ ਉਸ ਤੋਂ ਬਾਅਦ ਫਿਰ ਇਹ ਲਿਆ ਸੀ ਇਹ ਚੱਲਿਆ ਲਿਆ ਸੀ ਆਪਾਂ ਇਹ 1970 ਮਾਡਲ ਹੈ ਜੀ ਠੀਕ ਹਾਂਜੀ ਸਿਲੰਡਰ ਕਿੰਨੇ ਹੈ 4 ਸਿਲੰਡਰ ਹੈ ਇਹ ਆਪਣਾ ਜਿਹੜੀ ਹੁੰਦੀ ਪਾਵਰ ਕਹਿੰਦੇ ਉਹਨੂੰ ਇਹਦੀ ਜੀ ਜਿਹੜੀ ਕਾਪੀ ਤੇ ਪਾਵਰ ਆ ਉਹ ਤਾਂ ਹੈਗੀ 45 ਐਚ ਪੀ ਲਿਖਿਆ ਪਰ ਇਹ 65 ਤੋਂ 70 ਐਚ ਪੀ ਦਾ ਕੰਮ ਕਰਦਾ ਜੀ ਹਾਂਜੀ ਹਾਂ ਕਾਪੀ ਤੇ ਕਿੰਨਾ ਆਖਿਆ 45 ਹਾਊਸ ਪਾਵਰ ਹੈ ਹਾਂ 28 ਤਾਂ ਵੀ ਆਪਣੇ ਕੋਲ ਹੈਗੇ ਆ ਵੀ ਉਹ ਕੋਈ ਚੱਕਰ ਨਹੀਂ ਗਾ ਵਧੀਆ ਲਈ ਫਿਰਦਾ ਜੀ ਇਹਦਾ ਖਰਚ ਕੀ ਹੈ ਮਤਲਬ ਜ਼ਿਆਦਾ ਹੋਣਾ ਜਿਹੜੇ ਹਿਸਾਬ ਨਾਲ ਇਹ ਬਾਈ ਵੱਡਾ ਹੈ ਇਹ ਟਰੈਕਟਰ ਤੇ ਇਹਦਾ ਖਰਚਾ ਹੀ ਬਹੁਤ ਹੋਣਾ ਨਹੀਂ ਨਹੀਂ ਇਹ ਸੰਦ ਦੇ ਹਿਸਾਬ ਨਾਲ ਜੇ ਮਤਲਬ ਸੰਦ ਪੂਰਾ ਵੱਡਾ ਜਿਵੇਂ ਇਹ ਵੱਡਾ ਉਵੇਂ ਇਹਦੇ ਮਤਲਬ 20 ਜਾਂ 22 ਤਵੀਆਂ ਠੀਕ ਹੈ ਤੇ ਇਹ 2 ਲੀਟਰ ਇੱਕ ਕਿੱਲੇ ਦੇ ਯਾਨੀ ਕਿ ਇੱਕ ਏਕੜ ਦੇ 2 ਲੀਟਰ ਇਹਦਾ ਖਰਚਾ ਠੀਕ ਹਾਂਜੀ ਖਰਚਾ ਬਹੁਤ ਘੱਟ ਹਾਂ 5911 ਇਹ 3600 ਜਿਹੜੇ ਪਹਿਲਾਂ ਫੋਰਡ ਸੀਗੇ ਜੀ ਇਹਨਾਂ ਦਾ ਸੇਮ ਹੀ ਖਰਚਾ 2 ਤੋਂ 2.5 ਲੀਟਰ ਹੈ ਹਾਂ ਤੋਰੇ ਫੇਰੇ ਤੇ ਰੋਡ ਦੇ ਉੱਪਰ ਇਹਦਾ ਖਰਚਾ ਥੋੜਾ ਜਿਹਾ ਵੱਧ ਹਾਂਜੀ ਹਾਂ ਵਾਈ ਚ ਮਤਲਬ ਵਾਈ ਚ ਸੇਮ ਆ ਦੂਜੇ ਜਿਵੇਂ ਆ ਗਿਆ ਆਪਣਾ ਛੋਟਾ ਟਰੈਕਟਰ ਕੋਈ ਵੀ ਆ ਗਿਆ ਆ ਜਿਵੇਂ ਵੇਖਣ ਨਾਲ ਲੱਗਦਾ ਵੀ ਇਹਦਾ ਖਰਚਾ ਹੀ ਬਹੁਤ ਜ਼ਿਆਦਾ ਹੋਣਾ ਨਹੀਂ ਜੀ ਨਹੀਂ ਹਾਂ ਜੇ ਇਹਦੇ ਇੰਪਲੀਮੈਂਟਸ ਇਹਦੇ ਬਰਾਬਰ ਦੇ ਹੋਣ ਫਿਰ ਇਹਦਾ ਖਰਚਾ ਜੇ ਆਪਾਂ ਇੰਪਲੀਮੈਂਟਸ ਇਹਦੇ ਮਤਲਬ ਛੋਟੇ ਪਾਉਂਦੇ ਆ ਫਿਰ ਇਹਦਾ ਖਰਚਾ ਵੱਧਦਾ ਜੀ ਅੱਛਾ ਇੱਕ ਨਾ ਇਹ ਬਾਈਲਰਸ ਪਹਿਲਾਂ ਜਿਹੜੇ ਹੁੰਦੇ ਸੀ ਜਿਵੇਂ ਜੇ 28 ਡੀਟੀ ਹੁੰਦਾ ਜਾਂ ਬਾਈਲਰਸ ਉਹਦੀ ਨਾ ਸਟਾਰਟਿੰਗ ਬੜੀ ਹੁੰਦੀ ਸੀ ਹਨਾ ਹਾਂ ਉਹ ਜਿਹੜਾ ਡੀਟੀ 28 ਸੀਗਾ ਜੀ ਉਹ ਪਹਿਲਾਂ ਪੈਟਰੋਲ ਤੇ ਸਟਾਰਟ ਹੁੰਦਾ ਸੀਗਾ ਉਹ ਮੈਗਨੇਟ ਤੇ ਹੁੰਦਾ ਸੀ ਆਪਣੇ ਕੋਲ ਪਹਿਲਾਂ ਪੁਰਾਣਾ ਵੀ ਰਿਹਾ ਹਾਂਜੀ ਹਾਂ ਉਹ ਵਾਲਾ ਆਪਣਾ ਕੋਈ ਜਿਹੜਾ ਠੀਕ ਹੈ ਤੇ ਇਹ ਇਹਦੀ ਸਟਾਰਟਿੰਗ ਦਾ ਕੋਈ ਪ੍ਰੋਬਲਮ ਨਹੀਂ ਇਹ ਪਹਿਲਾਂ ਸੀ ਜਿਹੜਾ ਉਹ ਆਉਂਦੇ ਸੀ ਹੀਟ ਇੰਜਨ ਹੀਟ ਵਾਲੇ ਉਸ ਤੋਂ ਬਾਅਦ ਇਹ 1990 ਦੇ ਵਿੱਚ ਆਏ ਸੀ ਵੀਰ ਪ੍ਰਤਾਪ ਨੇ ਆਪਣੇ ਇੰਡੀਆ ਨੇ ਬਣਾਏ ਸੀਗੇ ਮੈਨੂਫੈਕਚਰਿੰਗ ਇੰਡੀਆ ਹੋਈ ਸੀਗੇ ਬਾਕੀ ਜੋ ਵੀ ਸੀਗਾ ਉਹ ਰੂਸ ਤੋਂ ਸੀਗਾ ਉਹ ਫਿਰ DI ਇਹਦੇ ਵਿੱਚ ਉਹ DI ਇੰਜਨ ਹੈ ਜੀ ਇਹ ਹੀਟ ਵਾਲਾ ਬਣੀ ਗਾ ਅੱਛਾ ਇਹਦੀ ਸਟਾਰਟਿੰਗ ਕਿਹੜੇ ਮੁਲਕ ਦੇ ਸੀ ਇਹ ਮੇਡ ਇਨ ਰੂਸ ਰਸ਼ੀਆ ਤੇ ਇਹਦਾ ਸਮਾਨ ਦਾ ਕੀ ਦਿੱਕਤ ਸਮਾਨ ਦੇ ਪਹਿਲੀ ਗੱਲ ਤਾਂ ਜੀ ਇਹਦੀ ਕੋਈ ਰਿਪੇਅਰ ਹੈ ਨਹੀਂ ਗੀ ਵੀ ਕ੍ਰਾਂਕ ਇਹਦੀ ਸਟੈਂਡਰਡ ਤੇ ਹੈ ਜੀ ਵੀ ਪਿਸਟਨ ਸਲੀਵਾਂ ਵਗੈਰਾ ਇਹਦੀਆਂ ਹਜੇ ਚੇਂਜ ਕੀਤੀਆਂ ਕ੍ਰਾਂਕ ਟੁਕੜੀਆਂ ਸਭ ਨਾਲ ਦੀਆਂ ਗੇਅਰ ਨੂੰ ਕੋਈ ਚਾਬੀ ਲੱਗੀ ਅਗਲੇ ਬੈਰਿੰਗ ਨਾਲ ਦੇ ਜੀ ਇਹਦੀ ਤੇ ਬਾਕੀ ਸਮਾਨ ਮਲੋਟ ਆਪਣਾ ਸ਼ਹਿਰ ਨੇੜੇ ਹੈ ਮਿਲ ਜਾਂਦਾ ਹਾਂ ਸਮਾਨ ਦਾ ਰੋਡ ਤੋਂ ਹਾਂਜੀ ਨਹੀਂ ਤਾਂ ਜਿਹੜਾ ਜੀ ਦਾ ਜੀ ਤੋਂ ਤੁਸੀਂ ਜੋ ਮਰਜ਼ੀ ਪਾਉਣਾ ਟਰੈਕਟਰ ਤਿਆਰ ਕਰ ਲਓ ਤੁਸੀਂ ਅੱਛਾ ਇੱਕ ਨਾ ਇਹਦੇ ਮੈਂ ਪੁੱਛਣਾ ਤੁਹਾਨੂੰ ਇਹ ਟਾਇਰ ਆ ਇਹਦੇ ਮੈਂ ਉਦੋਂ ਸੁਣਿਆ ਸੀ ਵੀ ਪਹਿਲਾਂ 28 DT ਹੁੰਦਾ ਸੀ ਨਾ ਤੇ ਉਹਦੇ ਟਾਇਰ ਨਹੀਂ ਮਿਲਦੇ ਸੀ ਕਹਿੰਦੇ ਹੁੰਦੇ ਸੀ ਉਹ ਇਹਨਾਂ ਉਹ ਮਿਲ ਜਾਂਦੇ ਆ ਹਾਂ ਹੁਣ ਤਾਂ ਜਿਹੜਾ ਮਰਜ਼ੀ ਸਾਈਜ਼ ਤੁਸੀਂ ਬਣਵਾ ਸਕਦੇ ਨਹੀਂ ਆਉਂਦੇ ਵੀ ਆ ਜੀ ਅੱਛਾ ਆਉਂਦੇ ਆਰਡਰ ਤੇ ਹਾਂ BKT ਦੇ MRF ਦੇ ਅਗਲੇ ਤਾਂ ਸੇਮ ਹੀ ਆਪਣੇ ਉਹ ਜਿਹੜੇ ਆਮ ਟਰੈਕਟਰ ਦੇ ਆ ਇਹ ਤੁਸੀਂ ਜਿਵੇਂ ਹੁਣ ਆਪਣੇ ਉਹ 16 ਮਾਡਲ ਆ ਉਹਦੇ ਜਿਵੇਂ ਲਓ ਤੁਸੀਂ 15 5 38 ਦੇ ਇਹਦੇ ਹੈਗੇ ਸੀਗੇ 13 6 13 5 38 ਦੇ ਹਾਂਜੀ ਇਹ ਤੁਸੀਂ ਇਹਨੂੰ ਵਰਦੇ ਹੋ ਵੀ ਵਾਈ ਹਾਂਜੀ ਹਾਂ ਵਾਈ ਇਹਦੇ ਨਾਲ ਕਰਦੇ ਹੋ ਹਾਂਜੀ ਹਾਂ ਬਹੁਤ ਅਸੀਂ ਇਹਨੂੰ ਯੂਜ਼ ਕਰਦੇ ਵਧੀਆ ਬਿਲਕੁਲ ਵਾਈ ਅੱਛਾ ਇੱਕ ਨਾ ਆ ਇਹਦੇ ਮੈਂ ਤੁਹਾਨੂੰ ਪੁੱਛਣਾ ਸੀ ਵੀ ਇਹਦੇ ਅੱਗੇ ਇਹਦੇ ਮਤਲਬ ਦੋ ਰੇਡੀਏਟਰ ਆ ਕਿ ਹਾਂਜੀ ਹਾਂ ਇੱਕ ਤਾਂ ਜਿਹੜਾ ਪਾਣੀ ਵਾਲਾ ਆਪਣਾ ਆਮ ਹੋ ਗਿਆ ਰੇਡੀਏਟਰ ਜਿਹੜਾ ਇੰਜਨ ਨੂੰ ਠਾਰਦਾ ਇੱਕ ਇਹਦੇ ਅੱਗੇ ਜਿਹੜਾ ਇੰਜਨ ਦਾ ਮੁਗਲੈਲ ਆ ਓਇਲ ਆ
ਇਹ ਠੰਡਾ ਹੋ ਕੇ ਜਾਂਦਾ ਡਬਲ ਰੇਡੀਏਟਰ ਹੈ ਜੀ ਇਹਦੇ ਸਟਾਰਟਿੰਗ ਦੇ ਸਟਾਰਟਿੰਗ ਤੋਂ ਹੀ ਆਇਆ ਕੰਪਨੀ ਵੱਲੋਂ ਮਗਲੇਲ ਵਾਲਾ ਇੱਕ ਮਗਲੇਲ ਵਾਲਾ ਪਾਣੀ ਵਾਲਾ ਹੋ ਗਿਆ ਇੱਕ ਤਾਂ ਪਾਣੀ ਵਾਲਾ ਹੋ ਗਿਆ ਨਾ ਜੀ ਠੀਕ ਹੈ ਵੀ ਆਮ ਹੀ ਹੈ ਜਿਹੜਾ ਜਿਹੜਾ ਮਗਲੇਲ ਵਾਲਾ ਇਹ ਇੰਜਨ ਦਾ ਆਇਲ ਜਿਹੜਾ ਠੰਡਾ ਹੋ ਕੇ ਜਾਂਦਾ ਜਿਹਦੇ ਕਰਕੇ ਇੰਜਨ ਦੀ ਲਾਈਫ ਇੰਨੀ ਜ਼ਿਆਦਾ ਵੀ 1970 ਮਾਡਲ ਹੈ ਜੀ ਅੱਜ 2020 ਹੋ ਗਿਆ 50 ਸਾਲ ਹੋ ਗਏ ਆ ਬੜੀ ਹਜੇ ਤੱਕ ਕ੍ਰੰਕ ਸਟੈਂਡਰਡ ਤੇ ਹੈ ਜੀ ਬੜੀ ਤਕਨੀਕ ਸੀ ਉਹਨਾਂ ਕੋਲੇ ਬਹੁਤ ਵਧੀਆ ਹੈ ਨਾ ਬਿਲਕੁਲ ਜੀ ਜਿਹੜੀ ਆ ਅੱਛਾ ਜਿਹੜੀ ਉਹਨਾਂ ਦੇ ਉਹ ਅੱਜ ਤੋਂ ਆਪਣੇ ਤੋਂ 50 ਸਾਲ ਅੱਗੇ ਹੈ ਜੀ ਜਿਹੜੀ ਪੁਆਇੰਟ ਤਕਨੀਕ ਇਹਦੇ ਵਿੱਚ ਦਿੱਤੀ ਹੈ ਉਹ ਆਪਣੇ ਅੱਜ ਆਪਣੇ ਆ ਰਹੀ ਹੈ ਟਰੈਕਟਰਾਂ ਦੇ ਵਿੱਚ ਹਾਂਜੀ ਅੱਛਾ ਇੱਕ ਮੈਨੂੰ ਉੱਧਰ ਹੋ ਜਾਂਦੇ ਇੱਕ ਆਹ ਚੀਜ਼ ਆ ਪੰਪ ਬੰਦ ਹੋ ਜੂਗਾ ਜਿਹਦੇ ਕਰਕੇ ਪੰਪ ਦੀ ਲਾਈਫ ਬਹੁਤ ਜ਼ਿਆਦਾ ਘਸਾਈ ਨਹੀਂ ਹੁੰਦੀ ਇਹਦੇ ਵਿੱਚ ਫਿਲਟਰ ਆ ਮੁਗਲੈਲ ਫਿਲਟਰ ਜਿਵੇਂ ਆਪਣੇ ਤਾਂ ਮੁਗਲੈਲ ਫਿਲਟਰ ਸਾਰਾ ਕੱਢਣਾ ਪੈਂਦਾ ਚੇਂਜ ਕਰਨਾ ਪੈਂਦਾ ਇਹਦੇ ਵਿੱਚ ਲੋਹੇ ਦਾ ਜੀ ਇਹ ਘੁੰਮਦਾ ਵਿੱਚ ਇਹਦੇ ਮੁਗਲੈਲ ਦੇ ਪ੍ਰੈਸ਼ਰ ਨਾਲ ਬਸ ਜਦੋਂ ਸਰਵਿਸ ਕਰਨੀ ਆ ਇਹਨੂੰ ਕੱਢੋ ਡੀਜ਼ਲ ਨਾਲ ਧੋ ਕੇ ਸਾਫ ਕਰਕੇ ਫਿਰ ਇਹ ਨਾਲ ਦਾ ਹੀ ਹੈ ਜੀ ਅੱਛਾ ਇੱਕ ਹੋਰ ਆ ਵੀ ਇਹਦੇ ਵਿੱਚ ਮੁਗਲੈਲ ਕਿੰਨਾ ਪੈਂਦਾ ਮੁਗਲੈਲ ਇਹਦੇ ਵਿੱਚ ਪੈਂਦਾ ਜੀ 9 ਲੀਟਰ ਇੰਜਨ 'ਚ ਦੂਸਰੇ ਗੇਅਰ ਵੀ ਜਿਵੇਂ ਹੁਣ ਇੱਥੇ ਇੱਥੇ ਆਪਾਂ ਕਹਿੰਦੇ ਆਪਾਂ ਨਿਊਟਰਲ ਆ ਨਿਊਟਰਲ ਨਹੀਂ ਇਹਦਾ ਇੱਥੇ ਜਿਵੇਂ ਗਾਂਹ ਨੂੰ ਲਾ ਲਿਆ ਜੀ ਇੱਥੇ ਹਾਈ ਲੱਗਿਆ ਇਹਦਾ ਆਮ ਆਪਣੇ ਟਰੈਕਟਰਾਂ ਦਾ ਗਾਂਹ ਨੂੰ ਅੱਗੇ ਨੂੰ ਲੋ ਗੇਅਰ ਲੱਗਦਾ ਇਹਦੇ ਹਾਈ ਲੱਗ ਗਿਆ ਨਿਊਟਰਲ ਕਰੋ ਹਾਈ ਲੱਗੇ ਰਹਿ ਜਾਣਾ ਉਸ ਤੋਂ ਬਾਅਦ ਜਿਵੇਂ ਦੂਜੇ ਗੇਅਰ ਲਾਓ ਆਦਾ ਚੱਲੂਗਾ ਹਾਂਜੀ ਹਾਂ ਜੇ ਲੋ ਕਰਨਾ ਤਾਂ ਮਤਲਬ ਇਹਨੂੰ ਪਿੱਛੇ ਇੱਥੇ ਕਰ ਦੇਣਾ ਠੀਕ ਆ ਫਿਰ ਉਹ ਆਪ ਦਾ ਦੂਜੇ ਗੇਅਰ ਵਰਤ ਲੈਂਦਾ ਇੱਕ ਇਹਦੀ ਇਹ ਖਾਸੀਅਤ ਹੈ ਜੀ ਜਿਹੜੀ ਗੇਅਰ ਦੀ ਲਾਈਫ ਹੈ ਇਹਦੀ ਵੀ ਜਿਵੇਂ ਮੰਨ ਕੇ ਚਲੋ ਆਪਾਂ ਕਾਲੀ ਕਰਦੇ ਹਾਂ ਕਈ ਵਾਰੀ ਟਰੈਕਟਰ ਦਾ ਅੱਧਾ ਗੇਅਰ ਪੈ ਜਾਂਦਾ ਟਰੈਕਟਰ ਚੱਲ ਪੈਂਦਾ ਉਹ ਜਦੋਂ ਲੋਡ ਪੈਂਦਾ ਉਹ ਕੋਈ ਨਾ ਕੋਈ ਜਾਂ ਤਾਂ ਗਰਾਰੀ ਦਾ ਦੰਦਾ ਟੁੱਟ ਜਾਂਦਾ ਜਾਂ ਗੇਅਰ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਇਹਦੇ ਜਦੋਂ ਜੀ ਅੱਧਾ ਗੇਅਰ ਲੱਗ ਗਿਆ ਉਦੋਂ ਕਲੱਚ ਨੂੰ ਲੌਕ ਲੱਗ ਜਾਣਾ ਇਹ ਵਾਲੇ ਨੂੰ ਕਲੱਚ ਉੱਪਰ ਹੀ ਨਹੀਂ ਆਉਣਾ ਗਾ ਟਰੈਕਟਰ ਨੇ ਚੱਲਣਾ ਹੀ ਨਹੀਂ ਠੀਕ ਹੈ ਕਲੱਚ ਉੱਪਰ ਉਦੋਂ ਆਉਣਾ ਜਾਂ ਤਾਂ ਜਮਾਂ ਨਿਊਟਰਲ ਹੋ ਗਿਆ ਜਾਂ ਚੰਗੀ ਤਰ੍ਹਾਂ ਗੇਅਰ ਲੱਗ ਗਿਆ ਜੀ ਕਮਾਲ ਹੈ ਹਾਂਜੀ ਹਾਂ ਤੇ ਲਿਫਟ ਬਾਰੇ ਵੀ ਜਿਵੇਂ ਲਿਫਟ ਉੱਪਰ ਹੋ ਜਾ ਜਾਂਦਾ ਇਹਦੇ ਹਾਂ ਉੱਪਰ ਹੋ ਜਾ ਅੱਛਾ ਲਿਫਟ ਬਾਰੇ ਦੱਸੀ ਬਈ ਲਿਫਟ ਇਹਦੇ ਜੀ 3 ਡਿਸਟ੍ਰੀਬਿਊਟਰ ਹੁੰਦੇ ਸੀ 1 2 ਤੇ 3 ਹੀ ਹੈ ਇਹਦੇ ਜਿਵੇਂ ਇੱਕ ਪਿੱਛੇ ਹੋ ਗਿਆ ਲਿੰਕਾਂ ਦਾ ਇੱਕ ਅੱਗੇ ਜਿਵੇਂ ਆਪਾਂ ਅੱਗੇ ਕੋਈ ਐਪਲੀਮੈਂਟ ਲਾਉਣਾ ਵੀ ਕਿਰਾਇਆ ਵਗੈਰਾ ਲਾਉਣਾ ਜੀ ਕੁਛ ਵੀ ਤੱਕਣ ਵਾਸਤੇ ਉਹ ਇੱਕ ਜਿਵੇਂ ਆਪਾਂ ਪਿੱਛੇ ਕੋਈ ਟਰੋਲੀ ਵਗੈਰਾ ਜਾਂ ਉਹ ਅਸੀਂ ਹੁਣ ਇੱਕ ਯੂਜ਼ ਕਰਦੇ ਹਾਂ ਵੀ ਇੰਪਲੀਮੈਂਟ ਵਾਸਤੇ ਕਲਟੀਵੇਟਰ ਜਾਂ ਕਿਰਾਇਆ ਜਾਂ ਇਹੋ ਜਿਹਾ ਕੁਛ ਇਹਦੇ ਵਾਸਤੇ ਵੀ ਤਕਨੀਕ ਵੇਲਾ ਇੰਨੀ ਪੁਰਾਣੀ ਤਕਨੀਕ ਵੀ ਕਮਾਲ ਆ ਉਹਨਾਂ ਨੇ 3 ਦਿੱਤੇ ਵੀ ਅਗਲਾ ਵੀ ਦਿੱਤਾ ਉਸ ਟਾਈਮ 'ਚ ਤਾਂ ਆਪਾਂ ਬਹੁਤ ਘੱਟ ਹੋ ਗਿਆ ਜਿਵੇਂ ਹੁਣ ਆਪਣੇ ਆ ਜਿਵੇਂ ਹੁਣ ਮੈਸੀ ਫਰਗੂਸ਼ਨ ਆ ਜਾਂ ਹਾਲੈਂਡ ਆ ਜਾਂ ਜੌਨ ਡੀਅਰ ਆ ਉਹਨਾਂ ਦੇ ਇੱਕ ਲਹਿਦਾ ਹੁੰਦਾ ਹੁਣ ਹੁੰਦਾ ਲਹਿਦਾ ਵੀ ਦੂਸਰੇ ਲਿੰਕ ਵਾਲੇ ਤੋਂ ਬਿਨਾਂ ਉਹਨਾਂ ਨੇ 3 ਦੇ ਦਿੱਤੇ ਉਸ ਟਾਈਮ ਵੀ 3 ਕੰਮ ਆਪਾਂ ਇੱਕੋ ਟਾਈਮ ਠੀਕ ਲੈ ਸਕਦੇ ਹਾਂ ਐਟ ਏ ਟਾਈਮ ਅੱਛਾ ਇੱਕ ਨਾ ਇਹ ਮੈਂ ਸੁਣਿਆ ਸੀ ਵੈਸੇ ਦੇਖਿਆ ਵੀ ਆ ਮੈਂ ਵੀ ਇਹਦਾ ਇਹ ਜੀ ਆਪਦੇ ਆਪ ਨੂੰ ਵੀ ਤਾਂ ਚੱਕ ਲੈਂਦਾ ਹਾਂਜੀ ਹਾਂ ਇਹ ਜੋ ਲਿਫਟ ਆ ਜਿੰਨੀ ਇਹਦੀ ਕੰਪੈਸਿਟੀ ਉੱਪਰ ਨੂੰ ਆ ਉਨੀ ਨੀਚੇ ਨੂੰ ਆ ਥੱਲੇ ਨੂੰ ਆ ਹਾਂਜੀ ਹਾਂ ਇਹ ਆਪਦਾ ਆਪ ਜਾਨੀ ਜਿੱਤੇ ਕਿ ਮੰਨ ਲਓ ਜੇ ਕਿਤੇ ਖੁੱਭ ਜੇ ਹਾਂਜੀ ਹਾਂ ਤੇ ਕਿਤੇ ਕੋਈ ਅੜ ਜੇ ਤੇ ਫਿਰ ਇਹਨੂੰ ਐਂ ਚੱਕ ਦਿੰਦੇ ਥੱਲੇ ਤੇ ਕੋਈ ਚੀਜ਼ ਰੱਖੋ ਤੇ ਆਰਾਮ ਨਾਲ ਨਿਕਲ ਜਾਂਦਾ ਹੈ ਲਿਫਟ ਉਹ ਜੈਕ ਜੈਕ ਨੂੰ ਕਰਦਾ ਆਪਦੇ ਆਪ ਨੂੰ ਪਿਛਲੇ ਪਾਸੇ ਅੱਜ ਤੁਹਾਨੂੰ ਦਿਖਾ ਦੇਣਾ ਜੈਕ ਟਾਈਪ ਆ ਨੀਚੇ ਨੂੰ ਜਾਂਦਾ ਦੋਨੇ ਸਾਈਡ ਜਾਂਦਾ ਨਹੀਂ ਤੇ ਥੱਲੇ ਜਾਊਗਾ ਤਾਂ ਫਿਰ ਇਹ ਅੜੂਗਾ ਇੱਥੇ ਕਿੱਥੇ ਜੀ ਆਹ ਦੇਖ ਨਹੀਂ ਨਹੀਂ ਬਸ ਇਹ ਹੁਣ ਥੱਲੇ ਆ ਜਮਾ ਜੀ ਇੱਥੇ ਹੁਣ ਲਿਫਟ ਥੱਲੇ ਆ ਜੀ ਹਾਂ ਤੇ ਜੇ ਇਹਨੇ ਥੱਲੇ ਨੂੰ ਜਾਣਾ ਤਾਂ ਫਿਰ ਥੱਲੇ ਨੂੰ ਨਹੀਂ ਇਦੋਂ ਥੱਲੇ ਤਾਂ ਫਿਰ ਜਿਵੇਂ ਉਹ ਖੁੱਭੂਗਾ ਫਿਰ ਆਪਾਂ ਲੱਕੜ ਰੱਖਾਂਗੇ ਉੱਚੀ ਹਾਂ ਉਹਦੇ ਉੱਪਰ ਜਿਵੇਂ ਲਿਫਟ ਨੂੰ ਫੁੱਲ ਚੱਕ ਕੇ ਮੈਂ ਆਇਆ ਜੀ ਮੈਂ ਕਿਹਾ ਵੀ ਯਾਰ ਦੇਖਣਾ ਤੁਸੀਂ ਕੀ ਹੋ ਸਕਦਾ ਵੀ ਆਹ ਅਲੱਗ ਨਾ ਹੋਵੇ ਨਹੀਂ ਨਹੀਂ ਇਸੇ ਨੇ ਚੱਕਣਾ ਇਸੇ ਨੇ ਕੰਮ ਕਰਨਾ ਜੀ ਸਾਰਾ ਇਹ ਓਪਨ ਹੀ ਦਿੱਤਾ ਮਤਲਬ ਲਿਫਟ ਬਾਹਰੋਂ ਆ ਹਾਂਜੀ ਹਾਂ ਅੰਦਰ ਨਹੀਂ ਗਈ ਡਿਸਟ੍ਰੀਬਿਊਟਰ ਇਹਦੇ ਇਸੇ ਨੇ ਕੰਮ ਕਰਨਾ ਹਾਂਜੀ ਹਾਂ ਅੰਦਰ ਹੈ ਨਹੀਂ ਕੰਟਰੋਲ ਠੀਕ ਇਹਦੇ ਬਸ ਕੰਟਰੋਲ ਹੱਥ ਨਾਲ ਹੀ ਕਰਨਾ ਪੈਂਦਾ ਤੇ ਟੈਂਕੀ ਇਹਦੀ ਟੈਂਕੀ ਇਹਦੀ ਇੱਥੇ ਜੀ ਡੀਜ਼ਲ ਵਾਲੀ ਹੈ ਕਿੰਨਾ ਪੈਂਦਾ ਇਹਦੇ 110 ਲੀਟਰ ਡੀਜ਼ਲ ਪੈ ਜਾਂਦਾ ਜੀ
ਜਿਹੜਾ 16 ਮਾਡਲ ਉਹਦੇ ਚ 130 ਠੀਕ ਆ ਪਲੇਟ ਦਿੱਤੀ ਹੈ ਨਾ ਰੀਜਨਲ ਹੀ ਆ ਨਾ ਦੀ ਹਾਂਜੀ ਹਾਂ ਸਭ ਰੀਜਨਲ ਹੈ ਸਾਰਾ ਜਿਵੇਂ ਹੁਣ ਅੜ ਗਿਆ ਜੀ ਇਹਨੂੰ ਉੱਪਰ ਕੀਤਾ ਬਹੁਤ ਆ ਗਿਆ ਇਲਾਵਾ ਜਿਵੇਂ ਆਪਣੇ ਕੋਲ ਹੋਰ ਵੀ ਜਿਵੇਂ ਪੁਰਾਣੇ ਟਰੈਕਟਰ ਹੈਗੇ ਆ 1976 ਮਾਡਲ 1962 ਮਾਡਲ ਅਤੇ ਆਪਾਂ ਅਗਲੀ ਵੀਡੀਓ 'ਤੇ ਤੁਹਾਨੂੰ ਛੋਟੀ ਮੇਡ ਇਨ ਚਾਈਨਾ ਦੀ ਕੰਬਾਈਨ ਅਤੇ ਹੋਰ ਹੈਗੇ ਆ ਉਹ ਤੁਹਾਨੂੰ ਅਗਲੀ ਵੀਡੀਓ 'ਚ ਅਸੀਂ ਤੁਹਾਡੇ ਇਹ ਵੀਡੀਓ ਸ਼ੇਅਰ ਦੇਖੋ ਸਾਰੀ ਹਾਂਜੀ ਵੇਖ ਕੇ ਦੱਸਿਓ ਜੇ ਕੋਈ ਕਮੀ ਹੈ ਤਾਂ ਹੈ ਨਾ ਹਾਂਜੀ ਹਾਂ